हां जी दोस्तों की हाल चाल ने तुहाडे ते स्वागत है साडे चैनल पतीला जी एंटरटेनमेंट विच ते मैं तुहाडा अपना राहुल जीत ते अज दा साडा व्लॉग बनन जा रहा है एक बहुत ही घैंट प्लेस दा ते ए प्लेस दा नाम है एंजल फार्म हुशियारपुर दे विच ए प्लेस बनी हुई है एंजल फार्म ते अज ए व्लॉग बनन जा रहा है एंजल फार्म दा तुसी व्लॉग देखदे रहो बहुत ही घैंट प्लेस है तुहानू मजा आ जाएगा प्लेस देख के ते मैं तां तैयार हो चुका हां मम्मा हुण तैयार हो रहे ने ते मेरा बैग बुक सारा रेडी है चलो ताओ पहले तुम अपना बैग खोलने देखो जी मेरा बैग रेडी है मैं अपने कपड़े कुपड़े कैप्स वगैरह सॉक्स सब कुछ इहदे विच पा लिया है ते मेरा बैग तो रेडी है मेरा बैग तो रेडी है बस मम्मा हुणे बैग पैक कर रहे ने अपना प्रेस कर रहे ने कपड़े ते फिर जो आप जान लगेंगे उदो मिलते हैं दोस्तों ते हुण आप गड्डी विच समान रख लगे हैं अपने बैग सारे गड्डी दे विच रख हो चुके ने जी ते आप तैयार हो चुके हैं मम्मा आगे ने तैयार होके पतीला जी होर पापा की हाल चाल बहुत वधिया जी कित्थे जा रहे आपां अज आपां जा रहे धर्मशाला अच्छा ठंडे इलाके च चलो जी मिलदे आं हुण आपां गड्डी धवान लगे हैं कि टाइम है नहीं सी अपने को बारो बारी पानी बना लगे सारे बैठे हुए हैं फादर साहब भी बैठे हैं सिस्टर भी बैठी है मोम भी बैठे हैं और पतीला जी बहुत बढ़िया जी गड्डी वाश हो रही है गड्डी तो आगे निकलन लगे मेन रोड ते बह के रेस्टोरेंट खाना अपनी जगह पर स्ट्रीट फूड लो जी आपां खान लगे योगिता जी की लग रहे लो जी आप इत आ गए एंजल फार्म है गैलेक्सी रेस्टोरेंट बहुत ही सोहना व्यू है इतने एंजल फार्म का देखो बड़ी सोहनी लोकेशन है इतने बहुत वधिया लग रहा है आप कि सोहनी लोकेशन से आए हैं अज देखो जी मम्मा हमने बैठे हैं फादर साहब बैठे हैं ये है जी गैलेक्सी रिसोर्ट हाँ जी चाय पी रहे हो गए और मम्मा जी की कर रहे हो
ਪਾਸਤਾ ਦਾ ਟੇਸਟੀ ਆ। ਉਹ ਜੀ ਬਾਹਰਲਾ ਵਿਊ ਕਿੰਨਾ ਵਧੀਆ ਹੈ। ਮੈਂ ਤਾਂ ਕਿਸੇ ਝੂਲੇ ਦੇ ਉੱਤੇ ਬੈਠਾ ਹੋਇਆ, ਬੜਾ ਵਧੀਆ ਝੂਲਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਸੀਂ ਦੇਖ ਰਹੇ ਹੋਣੇ ਵੀ ਪਤੀਲਾ ਜੀ ਚੌਂਕੜੀ ਮਾਰ ਕੇ ਕਿੱਥੇ ਬੈਠੇ ਹੈ। ਦੋਸਤੋ ਆਪਾਂ ਤੁਹਾਨੂੰ ਸਭ ਕੁਝ ਦੱਸਾਂਗੇ ਕਿ ਪਤੀਲਾ ਜੀ ਕਿੱਥੇ ਬੈਠੇ ਹੈ, ਕਿੱਥੇ ਆਏ ਹੈ, ਅਤੇ ਇਹ ਇੰਨਾ ਸੋਹਣਾ ਐਟਮੋਸਫੀਅਰ ਕੀ ਹੈ। ਠੀਕ ਹੈ ਜੀ, ਕਿੱਥੇ ਬੈਠੇ ਦਿਖਾ ਬੇਟਾ, ਸਾਰੀਆਂ ਚੀਜ਼ਾਂ ਦਿਖਾ ਯਾਰਾ। ਉਹ ਤੋਂ ਬਾਅਦ ਫਿਰ ਆਪਾਂ ਦੱਸਾਂਗੇ ਕਿ ਆਪਾਂ ਅੱਜ ਕਿੱਥੇ ਆਏ ਹੋਏ ਹਾਂ ਅਤੇ ਕਿਹੜੀ ਜਗ੍ਹਾ ਹੈ। ਖੂਬਸੂਰਤ ਜਗ੍ਹਾ, ਬਹੁਤ ਹੀ ਜ਼ਿਆਦਾ। ਧਰਤੀ ਅਤੇ ਸਵਰਗ ਵੀ ਜੇ ਆਪਾਂ ਕਹੀਏ ਤਾਂ ਇਹ ਗਲਤ ਨਹੀਂ ਹੋਏਗਾ, ਕਿਉਂਕਿ ਮੈਂ ਅੱਜ ਸਾਰਾ ਦਿਨ ਬਹੁਤ ਇੰਜੋਏ ਕੀਤਾ ਅਤੇ ਇੰਜੋਏ ਕਰਕੇ ਜਦੋਂ ਹੁਣ ਮੈਂ ਥੱਕ ਕੇ ਆ ਕੇ ਪੌੜੀਆਂ 'ਤੇ ਬੈਠਿਆ ਅਤੇ ਮੇਰਾ ਮਨ ਕੀਤਾ ਵੀ ਨਹੀਂ, ਆਪਾਂ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਕਿ ਮੈਂ ਕਿੱਥੇ ਆਇਆ, ਤਾਂ ਕਿ ਉਹ ਵੀ ਬੇਟਾ ਹਟਸ ਦਿਖਾ, ਪਿੱਛੇ ਹਟਸ ਵੀ ਦਿਖਾ, ਜਿਹੜੇ ਹਟਸ ਬਣ ਰਹੀਆਂ ਉਹ ਵੀ ਦਿਖਾ, ਰੈਸਟੋਰੈਂਟ ਦਿਖਾ, ਉੱਧਰ ਹਟਸ ਦਿਖਾ। ਹਾਂ ਅਤੇ ਦੇਖੋ ਜੀ, ਇਹ ਹਟਸ ਬਣ ਰਹੀਆਂ ਹਾਲੇ, ਇਹ ਫੈਮਲੀ ਹਟਸ ਨੇ ਅਤੇ ਇਹਦੇ ਨਾਲ ਦੀਆਂ ਕੰਪਲੀਟ ਹੋ ਚੁੱਕੀਆਂ ਹਟਸ, ਤੁਹਾਨੂੰ ਉਹ ਵੀ ਦਿਖਾਵਾਂਗੇ। ਅਤੇ ਆ ਜਾ ਬੇਟਾ, ਦਿਖਾ ਕੇ ਆ ਜਾ। ਅਤੇ ਦੇਖੋ ਜੀ, ਮੇਰੇ ਨਾਲ ਗੋਲਡੀ ਜੀ ਬੈਠੇ ਹੋਏ ਨੇ। ਗੋਲਡੀ ਜੀ ਇਸ ਪੂਰੇ ਅੰਪਾਇਰ ਦੇ ਕਹਿ ਲਓ ਕਿ ਕਰਤਾ ਧਰਤਾ, ਹੌਲੀ ਚੋਲੀ ਇੰਚਾਰਜ ਨੇ। ਅਤੇ ਇਹਨਾਂ ਦੇ ਵੱਡੇ ਭਾਈ ਸਾਹਿਬ ਪਰਮਜੀਤ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਇਹ ਦੱਸਣਗੇ। ਹਾਂਜੀ ਹਾਂਜੀ, ਮੇਰਾ ਨਾਮ ਗੋਲਡੀ ਹੈ ਜੀ। ਮੈਂ ਇੱਥੇ ਐਂਜਲ ਫਾਰਮ 'ਚ ਗਲੈਕਸੀ ਰੈਸਟੋਰੈਂਟ ਦਾ ਮੈਨੇਜਰ ਹਾਂ। ਅਤੇ ਯਾਰ ਤੁਸੀਂ ਮੇਰਾ ਸਾਰਾ ਸਰਪ੍ਰਾਈਜ਼ ਖਰਾਬ ਕਰਤਾ, ਮੇਰਾ ਜੀ ਬਾਅਦ ਦੱਸਣਾ ਸੀ ਨਾਮ। ਚਲੋ ਹੁਣ ਭਾਈ ਨੇ ਦੱਸ ਦਿੱਤਾ ਵੀ ਇਹ ਗਲੈਕਸੀ ਰੈਸਟੋਰੈਂਟ ਹੈ, ਇਹ ਹੁਸ਼ਿਆਰਪੁਰ ਦੇ ਲਾਗੇ, ਹੁਸ਼ਿਆਰਪੁਰ ਤੋਂ ਤਕਰੀਬਨ 15-20 ਕਿਲੋਮੀਟਰ ਦੂਰ ਇਹ ਬਣਿਆ ਹੋਇਆ ਹੈ। ਬਹੁਤ ਹੀ ਵਧੀਆ ਇਲਾਕਾ ਭਾਈ ਦਾ, ਢੋਲਵਾਹੇ ਡੈਮ ਦੇ ਉੱਤੇ ਏਂਜਲ ਫਾਰਮ ਰਿਜ਼ੋਰਟ ਹੈ, ਉਹਦੇ ਵਿੱਚ ਗਲੈਕਸੀ ਰੈਸਟੋਰੈਂਟ ਹੈ। ਅਤੇ ਸੋਰੀ ਮੈਨੂੰ ਪਤਾ ਨਹੀਂ ਸੀਗਾ ਤੁਹਾਡਾ। ਕੋਈ ਗੱਲ ਨਹੀਂ ਜੀ। ਅਤੇ ਇਹ ਬਹੁਤ ਹੀ ਵਧੀਆ ਬਣਿਆ ਹੋਇਆ ਹੈ। ਇੱਥੇ ਇਹ 3 ਤਰ੍ਹਾਂ ਦੇ ਸਵਿਮਿੰਗ ਪੂਲ ਬਣੇ ਹੋਏ ਨੇ, ਇੱਕ ਕੋਮਨ ਸਵਿਮਿੰਗ ਪੂਲ ਹੈ, ਇੱਕ ਤੁਹਾਡੇ ਲਈ ਪ੍ਰਾਈਵੇਟ ਸਵਿਮਿੰਗ ਪੂਲ ਮਿਲੇਗਾ ਤੁਹਾਨੂੰ ਕਮਰੇ ਦੇ ਨਾਲ, ਅਤੇ ਇੱਕ ਬੱਚਿਆਂ ਵਾਸਤੇ ਸਵਿਮਿੰਗ ਪੂਲ ਬਣਿਆ ਹੋਇਆ ਹੈ। ਅਤੇ ਨਾਲ ਦੀ ਨਾਲ ਰੈਸਟੋਰੈਂਟ ਦਿਖਾ ਬੇਟਾ, ਰੈਸਟੋਰੈਂਟ ਬਹੁਤ ਸੋਹਣਾ ਬਣਿਆ ਹੋਇਆ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਖਾਣਾ ਮਿਲੇਗਾ। ਦੋਸਤੋ ਤੁਸੀਂ ਦੇਖੋ ਰੈਸਟੋਰੈਂਟ, ਅਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬੇਟਾ ਇੱਧਰ। ਤੁਸੀਂ ਦੇਖੋ ਵੀ ਤੁਸੀਂ ਅਕਸਰ ਦੇਖਦੇ ਰਹਿੰਦੇ ਹੋ ਮੇਰੇ ਸਟੇਟਸ ਕਿ ਪਤੀਲਾ ਜੀ ਖਾਣ ਦੇ ਬਹੁਤ ਸ਼ੌਕੀਨ ਹੈ। ਮਤਲਬ ਜੇ ਪਤੀਲਾ ਜੀ ਨੂੰ ਰੋਟੀ ਸਵਾਦ ਲੱਗ ਗਈ, ਸਨੈਕਸ ਸਵਾਦ ਲੱਗ ਗਏ, ਤਾਂ ਸਮਝੋ ਸਨੈਕਸ ਵਾਕਈ ਸਵਾਦ ਹੈ। ਅਤੇ ਇਸ ਕਰਕੇ ਮੈਂ ਗਰੰਟੀ ਲੈਂਦਾ ਕਿ ਇੱਥੇ ਦੇ ਸਨੈਕਸ ਓਏ ਹੋਏ ਚੀਕਾਂ ਹੀ ਹੈ ਜੀ, ਚੀਕਾਂ। ਅਤੇ ਤੁਸੀਂ ਇੱਕ ਵਾਰੀ ਜ਼ਰੂਰ ਆਇਓ, ਤੁਹਾਨੂੰ ਐਡਰੈਸ, ਫੋਨ ਨੰਬਰ ਸਾਰਾ ਕੁਝ ਦੇਵਾਂਗੇ। ਇੱਥੇ ਰਸ਼ ਬਹੁਤ ਪੈਂਦਾ, ਬੁਕਿੰਗ ਤੁਹਾਨੂੰ ਪਹਿਲਾਂ ਕਰਾਉਣੀ ਪੈਣੀ, ਟਾਈਮ ਨਾਲ ਬੁਕਿੰਗ ਕਰਾ ਲਿਓ। ਦੋਸਤੋ ਇਹ ਹੈ ਰੈਸਟੋਰੈਂਟ ਦੇ ਵਿੱਚ ਸਿਟਿੰਗ ਏਰੀਆ। ਦੇਖੋ ਪੂਰਾ ਪੰਜਾਬੀ ਕਲਚਰ ਜਿਵੇਂ ਕਿ ਲਿਪਿਆ ਪੋਚਿਆ ਪੁਰਾਣੇ ਜ਼ਮਾਨੇ 'ਚ ਹੁੰਦਾ ਸੀਗਾ, ਉਵੇਂ ਦਾ ਸੇਮ ਬਣਿਆ ਹੋਇਆ। ਦੇਖੋ ਸਵਿੱਚ ਦਿਖਾਓ, ਸਵਿੱਚ ਵੀ ਪੁਰਾਣੇ ਜ਼ਮਾਨੇ ਦੇ ਤੁਹਾਨੂੰ ਨਜ਼ਰ ਆਉਣਗੇ, ਸਵਿੱਚ ਚਾਹੇ ਤੁਸੀਂ ਅੱਜ ਦੀ ਡੇਟ 'ਚ ਨਹੀਂ ਦੇਖੇ, ਪੂਰਾ ਉਹੀ ਐਟਮੋਸਫੀਅਰ ਤੁਹਾਨੂੰ ਇੱਥੇ ਮਿਲੇਗਾ। ਮੈਂ ਤਾਂ ਜੀ ਖੂਬ ਇੰਜੋਏ ਕਰ ਰਿਹਾ, ਖਾਣਾ ਵੀ ਇੰਜੋਏ ਕੀਤਾ। ਦੇਖੋ ਇੰਨਾ ਵਧੀਆ ਡਾਇਨਿੰਗ ਹਾਲ, ਕਿਆ ਬਾਤ ਹੈ ਜੀ, ਇੰਨਾ ਪੁਰਾਣੇ ਜ਼ਮਾਨੇ ਦਾ। ਅਤੇ ਨਾਲ ਦੀ ਨਾਲ ਤੁਹਾਨੂੰ ਏਸੀ ਵੀ ਮਿਲੇਗਾ, ਇਹਨਾਂ ਸੋਚਿਓ ਕਿ ਏਸੀ ਨਹੀਂ ਹੈਗਾ, ਦਿਖਾ ਵੀ ਏਸੀ ਹੈ, ਫੁੱਲੀ ਏਸੀ ਹੈ, ਹਰ ਜਗ੍ਹਾ ਏਸੀ ਲੱਗਿਆ ਹੋਇਆ ਹੈ, ਤੁਸੀਂ ਖੂਬ ਇੰਜੋਏ ਕਰੋਗੇ। ਫਿਰ ਗੱਲ ਕੀ ਹੈ, ਇਹ ਪਤੀਲਾ ਜੀ ਹੈ। ਨਮਸਕਾਰ ਦੋਸਤੋ, ਦੋਸਤੋ ਤੁਸੀਂ ਅੱਜ ਸੋਚ ਰਹੇ ਹੋਣੇ ਆ ਵੀ ਪਤੀਲਾ ਜੀ ਕਿੱਥੇ ਬੈਠੇ ਨੇ। ਇੱਦਾਂ ਨਹੀਂ ਮੈਂ ਦੱਸਣਾ ਪਤੀਲਾ ਜੀ ਕਿੱਥੇ ਬੈਠੇ ਨੇ, ਪਤੀਲਾ ਜੀ ਪਹਿਲਾਂ ਦਿਖਾਓ, ਸਾਰੇ ਪਾਸੇ ਦਿਖਾਓ। ਕਿਆ ਬਾਤ ਹੈ ਜੀ, ਇਹ ਹੈ ਜੀ ਐਂਜਲ ਫਾਰਮ, ਅਤੇ ਇਹਦੇ ਵਿੱਚ ਗਲੈਕਸੀ ਰੈਸਟੋਰੈਂਟ ਬਣਿਆ ਹੋਇਆ ਹੈ। ਅਤੇ ਅੱਜ ਪਤੀਲਾ ਜੀ ਇੱਥੇ ਖਾ ਪੀ ਕੇ ਬਹੁਤ ਵਧੀਆ ਖਾਣਾ, ਮੈਂ ਕਹਿੰਦਾ ਮੈਂ ਜਲੰਧਰ 'ਚ ਵੀ ਇੰਨਾ ਸਵਾਦਿਸ਼ਟ ਖਾਣਾ ਕਦੀ ਨਹੀਂ ਖਾਧਾ, ਚੀਕਾਂ ਹੀ ਹੈ ਚੀਕਾਂ। ਪਤੀਲਾ ਜੀ ਸੈਰ ਕਰਕੇ ਇੱਥੇ ਇੰਜੋਏ ਕਰ ਰਹੇ ਨੇ। ਝੂਠਾ, ਤੁਹਾਨੂੰ ਸਾਰਿਆਂ ਨੂੰ ਪਤਾ ਪਤੀਲਾ ਜੀ ਸੈਰ ਕਰਦੇ ਹੁੰਦੇ ਤਾਂ ਇੱਦਾਂ ਦੇ ਥੋੜ੍ਹੀ ਹੋਣੇ ਸੀ। ਸੋ ਤੁਸੀਂ ਵੀਡੀਓ ਪੂਰੀ ਦੇਖਦੇ ਰਹੋ, ਬਹੁਤ ਮਜ਼ੇਦਾਰ ਵੀਡੀਓ ਹੋਣ ਵਾਲੀ ਹੈ, ਕਿਉਂਕਿ ਇਹਦੇ ਵਿੱਚ ਤੁਹਾਨੂੰ ਅਸੀਂ ਪੂਰਾ ਐਂਜਲ ਫਾਰਮ ਦਿਖਾਉਣ ਜਾ ਰਹੇ ਹਾਂ। ਹੁਸ਼ਿਆਰਪੁਰ ਦੇ ਵਿੱਚ ਹੈ ਜੀ, ਇੱਕ ਫੁੱਲ ਫਲੈਜਡ ਪਿਕਨਿਕ ਸਪੋਟ ਹੈ ਜੀ, ਮਜ਼ਾ ਆ ਜਾਏਗਾ ਤੁਹਾਨੂੰ। ਲਓ ਜੀ ਦੋਸਤੋ, ਤੁਹਾਡੇ ਵਾਸਤੇ ਇੱਕ ਹੋਰ ਸਰਪ੍ਰਾਈਜ਼ ਹੈ, ਇੱਥੇ ਬਰਥਡੇ ਹਾਲ ਵੀ ਹੈ। ਦੇਖੋ ਗੁਬਾਰੇ ਲੱਗੇ ਹੋਏ ਨੇ, ਹੈਪੀ ਬਰਥਡੇ ਲਿਖਿਆ ਹੈ, ਹੈਪੀ ਯੂਨੀਵਰਸਰੀ ਲਿਖਿਆ ਹੋਇਆ ਹੈ, ਤੁਸੀਂ ਬਸ ਆਉਣਾ ਹੈ, ਆਪਣੀ ਪਾਰਟੀ ਕਰਨੀ ਹੈ। ਦੇਖੋ ਜੀ
क्या बात है, बच्चे खुश हो जाएंगे देख के कि यार क्या बात है, सानू तो गुब्बारे फैलान लगे बहुत देर लगती है। तो इतने तुम्हें सारा कुछ बनया बनाया मिलेगा जी, देखो क्या बात है जी। गोल्डी जी छाए पे हो तुसी, वेरी गुड वेरी गुड जी। नाल दी नाल एसी की सर्विस भी हैगी है, बहुत जी मन खुश हो गया जी अज तीन। तो जी दोस्तों तुम मैं दस्या सी भी इतने का खाना बहुत स्वाद है, क्योंकि जो पतीला जी खाना स्वाद लग गया तो समझो खाना चीका ही है। देखो जी पूरा पूरी फैमिली नाल आए हुए ने, किमें लग रहा जी तुम खाना? तो फिर गल की है देखो पानी कितना वधिया लग रहा है। ओ पानी चेक करो इधरों कितना घेंट लग रहा है। अपना ब्रिज बनने देखो जी कितना वधिया व्यू है, इधर वाटरफॉल हो रही है, देखो कितना वधिया, देखो जी कितना वधिया व्यू है इत्थे रात दा, कितना औसम लग रहा है व्यू। देखो बोट पई हुई है इत्थे, इधर अपनी हट बनी हुई है, बहुत वधिया हट है। ਇਹਦੇ ਵਿੱਚ ਗੈਸਟ ਦੇ ਬਹਿਣ ਵਾਸਤੇ ਮਤਲਬ ਕੁਛ ਖਾਣ ਪੀਣ ਵਾਸਤੇ। ਨਾਈਟ ਦਾ ਵਿਊ ਦੇਖੋ ਤੁਸੀਂ, ਬਹੁਤ ਵਧੀਆ ਹੱਟ ਬਣੀ ਹੋਈ ਹੈ। ਦੇਖੋ ਜੀ ਕਿੰਨਾ ਵਧੀਆ ਵਿਊ ਇੱਥੇ ਦਾ। ਇਹ ਬੱਚਿਆਂ ਦੇ ਖੇਡਣ ਵਾਸਤੇ ਇੱਥੇ ਝੂਲੇ ਬਣੇ ਹੋਏ ਨੇ। ਇਹ ਬਹੁਤ ਹੀ ਵਧੀਆ ਪਲੇਸ ਹੈ ਐਂਜਲ ਫਾਰਮ, ਤੁਸੀਂ ਦੇਖਦੇ ਰਹੋ। ਦੇਖੋ ਜੀ ਕਿੰਨਾ ਵਧੀਆ ਬਣਿਆ ਹੋਇਆ ਇੱਧਰ ਵੀ ਅੰਦਰ। ਸਵੇਰੇ ਤੁਹਾਨੂੰ ਮੇਰੇ ਅੰਦਰਲਾ ਵਿਊ ਵੀ ਦਿਖਾਵਾਂਗੇ, ਤੁਸੀਂ ਦੇਖੋ। ਹੁਣ ਤਾਂ ਨਾਈਟ ਹੋ ਚੁੱਕੀ, ਦੇਖੋ ਜੀ ਉੱਧਰ ਕਿੰਨਾ ਵਧੀਆ ਵਿਊ। ਤੁਸੀਂ ਉੱਪਰ ਲਾਈਟਸ ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਨੇ, ਦੇਖੋ ਬਹੁਤ ਹੀ ਔਸਮ ਵਿਊ ਹੈ ਇੱਥੇ ਦਾ। ਰਾਤ ਦਾ ਤਾਂ ਦਿਖਾ ਦਿੱਤਾ, ਹੁਣ ਤੁਹਾਨੂੰ ਸਵੇਰੇ ਮਿਲਦੇ ਹਾਂ, ਸਵੇਰ ਦਾ ਵਿਊ ਦਿਖਾਵਾਂਗੇ। ਹਾਂਜੀ ਦੋਸਤੋ ਆਪਾਂ ਆ ਗਏ ਆਪਣੇ ਰੂਮ ਦੇ ਵਿੱਚ, ਅਤੇ ਹੁਣ ਤੁਹਾਨੂੰ ਆਪਣੇ ਰੂਮ ਦਿਖਾਉਂਦੇ ਹਾਂ। ਹੋਰ ਪਾਪਾ ਕਿੱਦਾਂ ਫੀਲ ਕੀਤਾ ਅੱਜ ਸਾਰਾ ਦਿਨ? ਬਹੁਤ ਵਧੀਆ ਇੰਜੋਏ ਕੀਤਾ ਐਕਚੁਅਲੀ, ਹੁਣ ਮੈਂ ਪੂਰੀ ਤਰ੍ਹਾਂ ਥੱਕ ਗਿਆ। ਅੱਛਾ ਜੀ, ਇਸ ਕਰਕੇ ਮੈਂ ਰਿਲੈਕਸ ਕਰ ਰਿਹਾ। ਬਹੁਤ ਵਧੀਆ ਡੈਸਟੀਨੇਸ਼ਨ ਸੀਗੀ, ਤੁਹਾਨੂੰ ਅਸੀਂ ਲੋਕ ਵਿੱਚ ਪੂਰੀ ਦਿਖਾਵਾਂਗੇ। ਹਾਂਜੀ ਚੀਕਾਂ ਹੀ ਆ, ਮਤਲਬ ਚੀਕਾਂ। ਹਾਂਜੀ ਇਹ ਆਪਣਾ ਰੂਮ ਹੈ ਦੋਸਤੋ, ਤੁਸੀਂ ਨਾਈਟ ਦਾ ਵਿਊ ਤਾਂ ਦੇਖ ਲਿਆ ਸੀ ਇੱਧਰ, ਹੁਣ ਤੁਹਾਨੂੰ ਮੈਂ ਡੇ ਦਾ ਵਿਊ ਦਿਖਾਉਂਦਾ। ਦੇਖੋ ਦੇਖੋ ਜੀ ਕਿੰਨਾ ਵਧੀਆ ਵਿਊ ਆ ਰਿਹਾ ਇੱਥੇ ਦਾ, ਬਹੁਤ ਵਧੀਆ ਵਿਊ ਹੈ। ਉਹ ਸਾਹਮਣੇ ਸਵਿਮਿੰਗ ਪੂਲ ਹੈ, ਤੁਹਾਨੂੰ ਨਾਈਟ ਵਿੱਚ ਦਿਖਾਇਆ ਸੀ ਸਵਿਮਿੰਗ ਪੂਲ। ਦੇਖੋ ਕਿੰਨਾ ਵਧੀਆ ਬਣਿਆ ਹੋਇਆ, ਇੱਧਰ ਗਾਰਡਨ ਬਣਿਆ ਹੋਇਆ, ਬਹਿਣ ਵਾਸਤੇ ਜਗ੍ਹਾ ਬਣੀਆਂ ਹੋਈਆਂ, ਬਹਿਣ ਵਾਸਤੇ ਜਗ੍ਹਾ ਬਣੀ ਹੋਈ ਹੈ। ਦੇਖੋ ਕਿੰਨਾ ਵਧੀਆ ਕੈਂਟ ਵਿਊ ਇੱਥੇ ਦਾ, ਸਾਰਾ ਵਲੌਗ ਦੇਖੋ ਤੁਸੀਂ, ਵਧੀਆ ਸਵਿਮਿੰਗ ਪੂਲ ਹੈ, ਬਹੁਤ ਹੀ ਕੈਂਟ ਵਿਊ ਇੱਥੇ ਦਾ। ਦੇਖੋ ਜੀ ਜਿੱਦਾਂ ਮੈਂ ਤੁਹਾਨੂੰ ਰਾਤੀ ਕਿਹਾ ਸੀ ਕਿ ਮੈਂ ਤੁਹਾਨੂੰ ਸਵੇਰ ਦਾ ਅੰਦਰਲਾ ਵਿਊ ਦਿਖਾਵਾਂਗਾ। ਦੇਖੋ ਜੀ ਅੰਦਰ ਕਿੰਨਾ ਵਧੀਆ ਬਣਿਆ ਹੋਇਆ ਹੈ, ਅਲਮੀਰਸ ਬਣੀਆਂ ਹੋਈਆਂ ਨੇ ਪੁਰਾਣੇ ਜ਼ਮਾਨੇ ਦੀਆਂ। ਦੇਖੋ ਬਹੁਤ ਹੀ ਵਧੀਆ ਮੌਸਮ ਲੱਗ ਰਿਹਾ ਇੱਥੇ ਦਾ ਵਿਊ ਦਾ ਮੈਨੂੰ, ਤੁਸੀਂ ਆਉਂਗੇ ਤਾਂ ਤੁਸੀਂ ਦੇਖੋਗੇ ਕਿੰਨਾ ਵਧੀਆ ਹੈ। ਹੁਸ਼ਿਆਰਪੁਰ ਦੇ ਵਿੱਚ ਇੰਨੀ ਸੋਹਣੀ ਲੋਕੇਸ਼ਨ ਬਣੀ ਹੋਈ ਹੈ ਐਂਜਲ ਫਾਰਮ, ਦੇਖੋ ਜੀ ਕਿੰਨੇ ਵਧੀਆ ਪੁਰਾਣੇ ਜ਼ਮਾਨੇ ਦਾ ਸਭ ਕੁਛ ਬਣਿਆ ਹੋਇਆ। ਦੇਖੋ ਜੀ ਸਵੇਰ ਦਾ ਵਿਊ, ਇੱਥੇ ਬੱਚੇ ਖੇਡਦੇ ਨੇ, ਦੇਖੋ ਖੇਡਣ ਵਾਸਤੇ ਬੱਚਿਆਂ ਦੇ ਸਾਰਾ ਕੁਛ ਬਣਿਆ ਹੋਇਆ। ਇੱਥੇ ਬੱਚਿਆਂ ਦੇ ਸਕੂਲ ਦੀ ਟ੍ਰਿਪ ਵੀ ਆਉਂਦੀ ਹੈ, ਟ੍ਰਿਪਸ ਵੀ ਆਉਂਦੀਆਂ, ਅੱਜ ਵੀ ਕਈ ਬੱਚੇ ਆਏ ਹੋਏ ਨੇ ਖੇਡਣ ਵਾਸਤੇ, ਟ੍ਰਿਪ ਆਈ ਹੋਈ ਬੱਚਿਆਂ ਨੂੰ। ਦੇਖੋ ਜੀ ਝੂਲੇ ਲੱਗੇ ਹੋਏ ਨੇ, ਹਰ ਤਰ੍ਹਾਂ ਦੇ ਝੂਲੇ ਲੱਗੇ, ਹਰ ਤਰ੍ਹਾਂ ਦੀ ਫੈਸਿਲਿਟੀਜ਼ ਇੱਥੇ ਹੈਗੀਆਂ ਨੇ। ਦੋਸਤੋ ਆਪਣਾ ਇੱਥੇ ਦਾ ਤਾਂ ਬਹੁਤ ਵਧੀਆ ਰਿਹਾ, ਹੁਣ ਆਪਾਂ ਇੱਥੋਂ ਨਿਕਲਣ ਲੱਗੇ ਹਾਂ, ਉੱਤੇ ਧਰਮਸ਼ਾਲਾ ਚੱਲੇ ਹਾਂ ਅਤੇ ਆਪਾਂ ਗੱਡੀ ਦੇ ਵਿੱਚ ਬਹਿਣ ਲੱਗੇ ਹਾਂ।
फादर साहब होने सारे सिस्टर होने सारे बह गए हुए हैं तो बस आप इतों निकलने लगे हैं। धर्मशाला का ब्लॉग शायद सैकेंड पार्ट के पाऊंगा तो ओके मिलते हैं गुड बाय। दोस्तों हुण जे वधिया लग्या तो लाइक तो कर दो कमेंट कर दो ते चैनल नूं ते सबसक्राइब कर ही लो। हाँ।